नमस्कार, प्राइम न्यूज 24 में आपका स्वागत है। मैं हूं अग्रिमा जादौन और खबर गुरदासपुर से आ रही है। किसान और किसान की बीवियों ने सड़कों पर उतरकर किया केंद्र के खिलाफ रोष प्रदर्शन। कृषि ऑर्डिनेंस के खिलाफ भारतीय किसान यूनियन ओग्राहा के बैनर तले किसानों और किसान बीवियों की तरफ से बटाला के सुखा सिंह मेहताब सिंह चौक को जाम कर रोष प्रदर्शन किया गया। केंद्र सरकार की किसान मारू नीतियों के खिलाफ भड़ास निकालते हुए जमा हुए किसानों ने केंद्र सरकार के खिलाफ जमकर नारेबाजी भी की गई। वहीं किसान अगुओं और किसान बीवियों का कहना था कि केंद्र सरकार के द्वारा किसानों के साथ की जा रही मीटिंगों में केंद्र सरकार कोई सार्थक नतीजे नहीं लेकर आएगी। सिर्फ किसानों को झुकाने के लिए केंद्र सरकार ऐसे हथकंडे अपनाती दिखाई दे रही है। वहीं उनका कहना था कि केंद्र सरकार ने ऐसे काले कानून लाकर किसानों और किसान बीवियों को सड़कों पर उतार दिया है और अब जब तक केंद्र सरकार अपने किसान मारू कानून वापस नहीं लेती, किसान जथेबंदियां ऐसे ही सड़कों पर उतर कर केंद्र के खिलाफ रोष प्रदर्शन करती रहेंगी। प्राइम न्यूज 24 के लिए गुरदासपुर से जतेंद्र कुंडल की रिपोर्ट। भारत सरकार वालों जिहड़े तीन खेती कानून लोगों विरुद्ध किसानी विरुद्ध लैके आई है, लोगों दीआं जमीनां तों जिहड़ा आ उह खोहण वास्ते कारपोरेट घराणिआं नूं देण वास्ते लैके आई आ, असीं उह कानून नूं रद्द कराउण दी जिहड़ी आ उह लड़ाई लड़ रहे हां। पंजाब दे लोक लगातार जदों दे इन्हां ने आर्डीनेंस लैंदे आ साडी लड़ाई उह समें तों शुरू जारी आ। अज साडी लड़ाई इक फैसला कुल मोड़ ते पहुंच गई आ, आर पार दी साडी लड़ाई आ। जद तक इह तीन जिहड़े आ खेती विरोधी आ ਜਿਹੜੇ ਕਿਸਾਨ ਵਿਰੋਧੀ ਲੋਕ ਵਿਰੋਧੀ ਕਾਨੂੰਨ ਵਾਪਸ ਸਰਕਾਰ ਨਹੀਂ ਲੈਂਦੀ, ਉਹਨਾਂ ਚਿਰ ਤੱਕ ਸਾਡਾ ਜਿਹੜਾ ਉਹ ਸੰਘਰਸ਼ ਜਾਰੀ ਰਹੂਗਾ। ਪਿਛਲੇ ਸਮੇਂ ਦੇ ਵਿੱਚ ਅਸੀਂ ਰੇਲਾਂ ਰੋਕੀਆਂ ਸੀ, ਅਸੀਂ ਉਸ ਤੋਂ ਬਾਅਦ ਸੜਕਾਂ ਜਾਮ ਕੀਤੀਆਂ ਸੀ। 25 ਤਰੀਕ ਨੂੰ ਭਾਰਤ ਮਲਿਆ ਸੀ ਜਿਹੜਾ ਆ ਉਹ ਦੁਸਹਿਰੇ ਵਾਲੇ ਦਿਨ ਇੱਥੇ ਕਾਰਪੋਰੇਟ ਘਰਾਣਿਆਂ ਦਾ ਮੋਦੀ ਦਾ ਜਿਹੜਾ ਪੁਤਲਾ ਸਾੜੇ ਸੀ। ਅਸੀਂ ਸਾਡੀ ਲੜਾਈ ਜਿਹੜੀ ਆ ਉਹ ਕਿੱਥੋਂ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਦਲਾਲ ਸਰਕਾਰਾਂ ਦੇ ਖਿਲਾਫ ਹੈ, ਜਿੰਨੀ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਲਗਾਤਾਰ ਲੋਕਾਂ ਦੇ ਵਿਰੋਧ ਵਿੱਚ ਲੈ ਕੇ ਆ ਰਹੀਆਂ। ਉਹ ਭਾਵੇਂ ਕਾਂਗਰਸ ਸਰਕਾਰ ਹੋਵੇ, ਉਹ ਭਾਵੇਂ ਮੋਦੀ ਸਰਕਾਰ ਹੋਵੇ, 1991 ਤੋਂ ਬਾਅਦ ਇਹਨਾਂ ਨੇ ਲਗਾਤਾਰ ਲੋਕ ਵਿਰੋਧੀ ਨੀਤੀਆਂ ਲੈ ਕੇ ਆਈ ਆ। ਜਿਹੜੀ ਉਹ ਨੀਤੀਆਂ ਜਿਹੜੀਆਂ ਆ ਉਹ ਲੋਕਾਂ ਦੇ ਖਿਲਾਫ ਹੈ, ਉਹ ਮੁਲਾਜ਼ਮਾਂ ਦੇ ਖਿਲਾਫ ਹੈ, ਇੱਥੇ ਕਿਰਤੀ ਲੋਕਾਂ ਦੇ ਖਿਲਾਫ ਹੈ। ਇਹਨਾਂ ਨੇ ਉਸਨਾਂ ਨੀਤੀਆਂ ਦੇ ਤਹਿਤ ਹੀ ਪੰਜਾਬ ਭਾਰਤ ਦੇ ਜਿਹੜੇ ਮਜ਼ਦੂਰ ਹੈ ਉਹਨਾਂ ਦੀ 8 ਘੰਟੇ ਤੋਂ ਜਿਹੜੀ 12 ਘੰਟੇ ਡਿਊਟੀ ਕਰ ਦਿੱਤੀ। ਸਰਕਾਰੀ ਜਿਹੜੇ ਅਦਾਰੇ ਆ ਉਹ ਲਗਾਤਾਰ ਜਿਹੜੇ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਆ। ਸਾਡੀ ਲੜਾਈ ਉਹ ਕਾਰਪੋਰੇਟ ਘਰਾਣਿਆਂ ਨੂੰ ਨਿਸ਼ਾਨਾ ਬਣਾਇਆ, ਅਸੀਂ ਉਹ ਲੜਾਈ ਮਾ ਇੱਥੋਂ ਦੇ ਪੰਜਾਬ ਦੇ ਵਿੱਚ ਅਡਾਨੀਆਂ ਅੰਬਾਨੀਆਂ ਦੇ ਮਾਲ ਬੰਦ ਕੀਤੇ ਆ, ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲ ਬੰਦ ਕੀਤੇ ਆ, ਅਸੀਂ ਉਹਨਾਂ ਦੇ ਪੈਟਰੋਲ ਪੰਪ ਬੰਦ ਕੀਤੇ ਆ। ਸਾਡੀ ਇਹ ਲੜਾਈ ਜਿਹੜੀ ਆ ਜਿੱਥੇ ਕੇਂਦਰ ਸਰਕਾਰ ਖਿਲਾਫ ਹੈ ਉਹਦੇ ਨਾਲ ਨਾਲ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਵੀ ਨਿਸ਼ਾਨਾ ਬਣਾ ਕੇ ਅਸੀਂ ਪੰਜਾਬ ਦੀਆਂ ਜ਼ਮੀਨਾਂ 'ਤੇ ਉਹਨਾਂ ਦੀ ਅੱਖ ਨਹੀਂ ਆਉਣ ਦੇਵਾਂਗੇ, ਉਹ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਖੋਹਣ ਨਹੀਂ ਦੇਵਾਂਗੇ। ਦੇਖੋ ਜੀ, ਜਿੰਨਾ ਚਿਰ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ 'ਚ ਕਿਸਾਨ ਆਪਣੀਆਂ ਰਾਜਨੀਤੀਆਂ ਉਸੇ ਤਰ੍ਹਾਂ 'ਚ ਰੱਖਣਗੇ, ਕਿਉਂਕਿ ਜਦੋਂ ਕੇਂਦਰ ਸਰਕਾਰ ਨਹੀਂ ਚੁੱਕ ਰਹੀ ਉਵੇਂ ਕਿਸਾਨ ਵੀ ਆਪਣੀਆਂ ਅੜੀ 'ਤੇ ਖਲੋਤੇ ਹੋਏ ਨੇ, ਇਹਨਾਂ ਦੇ ਟੋਲ ਪਲਾਜ਼ੇ ਮੌਲ ਘੇਰੇ ਹੋਏ ਨੇ। ਕਿਉਂਕਿ ਜਿਵੇਂ ਇਹ ਕਿਸਾਨਾਂ ਨੂੰ ਆਉਂਦੇ ਵੀ ਅਸੀਂ ਤੁਹਾਨੂੰ ਨੱਪ ਕੇ ਰੱਖਣਾ, ਤੁਹਾਡਾ ਰੋਜ਼ੀ ਰੋਟੀ ਖੋਣੀ ਆ, ਉਵੇਂ ਅਸੀਂ ਕਾਰਪੋਰੇਟ ਘਰਾਣਿਆਂ ਦੇ ਬੂਹੇ ਮੱਲੇ ਹੋਏ ਨੇ, ਕਿਉਂਕਿ ਉਹ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਸਾਂਝ ਵਾ ਸੈਂਟਰ ਸਰਕਾਰ ਦੀ। ਮੋਦੀ ਇਹ ਗੱਲ ਚਾਹੁੰਦਾ ਵੀ ਮੈਂ ਜੋ ਦੇਣਾ ਵਾ ਕਿਸਾਨਾਂ ਕੋਲ ਖੋਹ ਕੇ ਇਹਨਾਂ ਕਵਰ ਘਰਾਣਿਆਂ ਦੇਣਾ ਵਾ, ਅਤੇ ਅਸੀਂ ਵੀ ਇਸ ਰਾਜੇ ਨੂੰ ਤਰਦਾ ਰਹੇ ਹਾਂ ਵੀ ਆਪਾਂ ਆਪਣਾ ਖੁਸਰ ਨਹੀਂ ਦੇਣਾ। ਅਗਲੀ ਰਾਜਨੀਤੀ ਜਿਵੇਂ ਸਾਡੇ ਕੱਲ੍ਹ ਦਿੱਲੀ ਨੂੰ 26 ਤਾਰੀਖ ਜਾ ਰਹੇ ਹਾਂ, ਅਤੇ ਉਹਦੇ ਵਿੱਚ ਜੋ ਵੀ ਅਗਲੇ ਸਾਡੀ ਸੂਬਾ ਕਮੇਟੀ ਮੈਨੂੰ ਕੋਈ ਠੀਕ ਹੈ। ਤੁਹਾਨੂੰ ਲੱਗਦਾ ਕਿ ਜਿਹੜੀਆਂ ਮੀਟਿੰਗਾਂ ਹੋ ਰਹੀਆਂ, ਕਿਉਂਕਿ ਪਿਛਲੇ ਦਿਨ ਵੀ ਮੀਟਿੰਗ ਹੋਈ ਸੀ ਅਤੇ ਅੱਜ 18 ਅਕਤੂਬਰ ਨੂੰ ਵੀ ਮੀਟਿੰਗ ਸੱਦੀ ਗਈ ਸੀ, ਤੁਹਾਨੂੰ ਲੱਗਦਾ ਕਿ ਮੀਟਿੰਗਾਂ ਦੇ ਵਿੱਚ ਕੋਈ ਸਾਰਥਕ ਨਤੀਜੇ ਨਿਕਲ ਕੇ ਆਉਣਗੇ? ਦੇਖੋ ਜੀ, ਹਾਲੇ ਤੱਕ ਤਾਂ ਸਾਰਥਕ ਤਰੀਕੇ ਨਾ ਕੋਈ ਨਿਕਲੇ ਅਤੇ ਨਾ ਨਿਕਲੇ ਸਾਨੂੰ ਕੋਈ ਆਸ ਵਾ, ਕਿਉਂਕਿ ਜਦੋਂ ਵੀ ਸਾਨੂੰ ਮਖੌਲ ਕੀਤਾ ਜਾ ਰਿਹਾ ਸੱਦ ਕੇ, ਅਤੇ ਸਾਨੂੰ ਉੱਥੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਉਹ ਉੱਥੇ ਸਾਡੇ ਸਾਹਮਣੇ ਮੱਥੇ ਨਹੀਂ ਸਾਡੇ ਆਗੂਆਂ ਨਹੀਂ ਲੱਗਦੇ, ਤਾਂ ਅਸੀਂ ਉਹਨਾਂ ਦਾ ਕੀ ਆਸ ਰੱਖਾਂਗੇ ਇਸ ਸਰਕਾਰ ਤੋਂ? ਘਰ ਬਾਰ ਸਾਡੇ ਖੋਹਣ ਨਹੀਂ ਆ, ਪੈਲੀਆਂ ਸਾਡੀਆਂ ਖੋਹਣੀਆਂ, ਬੱਚੇ ਸਾਡੇ ਭੁੱਖੇ ਮਰ ਰਹੇ, ਭੁੱਖੇ ਮਰਦੇ, ਘਰ ਸਾਡਾ ਕਿੱਥੇ ਆ? ਸਾਡਾ ਘਰ ਤਾਂ ਸੜਕਾਂ 'ਤੇ ਹੀ ਆ। ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਾ ਕਰੋਗਾ ਉਹਨਾਂ ਚਿਰ ਅਸੀਂ ਮਰਾਂਗੇ ਅਤੇ ਆਪਣੇ ਕਾਲੇ ਕਾਨੂੰਨ ਰੱਦ ਕਰਾਵਾਂਗੇ।